ਹੁਸ਼ਿਆਰਪੁਰ ਦੀ ਧਰਤੀ ਤੇ ਵਹਿ ਰਹੇ ਬਿਆਸ ਦਰਿਆ ਤੇ ਪਹਿਲੀ ਵਾਰ ਅਧਿਆਤਮਿਕਤਾ ਦੀ ਅਜਿਹੀ ਧਾਰਾ ਵਹੀ ਜਿਸ ਤੇ ਅਲੌਕਿਕ ਪ੍ਰਕਾਸ਼ ਨੇ ਪੂਰੇ ਇਲਾਕੇ ਨੂੰ ਇੱਕ ਰੰਗ ਵਿੱਚ ਭਰੋ ਦਿੱਤਾ। ਦਰਅਸਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵੱਖ ਵੱਖ ਇਲਾਕਿਆਂ ਵਿੱਚ ਫਲੋਟਿੰਗ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾਏ ਜਾ ਰਹੇ ਨੇ, ਜਿਸ ਦੇ ਰਾਹੀਂ ਲੋਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਉਹਨਾਂ ਦੇ ਜੀਵਨ ਨਾਲ ਜੋੜਿਆ ਜਾ ਰਿਹਾ ਹੈ। ਜਿਸ ਦੇ ਚੱਲਦੇ ਹੁਸ਼ਿਆਰਪੁਰ ਦੇ ਪਿੰਡ ਟੇਰਕਿਆਂ ਚੋਂ ਪੰਜਾਬ ਸਰਕਾਰ ਵੱਲੋਂ ਫਲੋਟਿੰਗ ਮਲਟੀਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਕਰਵਾ ਕੇ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਨਾਲ ਜੋੜਿਆ ਗਿਆ। ਇਸ ਸਮਾਗਮ ਵਿੱਚ ਇਲਾਕਾ ਵਾਸੀਆਂ ਸਮੇਤ ਸ਼ਹਿਰ ਦੇ ਕਈ ਵੱਡੇ ਅਫਸਰ ਵੀ ਸ਼ਾਮਿਲ ਸਨ। ਇਸ ਪੂਰੇ ਸਮਾਗਮ 'ਚੋਂ ਪੁੱਜੀਆਂ ਸੰਗਤਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਇਸ ਪੂਰੇ ਸਮਾਗਮ ਦੀ ਤਾਰੀਫ ਕਰਦੇ ਹੋਏ ਕਿਹਾ ਹੈ ਕਿ ਮੈਂ ਪਿੰਡ ਟੇਰਕਿਆਂ ਤੋਂ ਬੋਲਿਆ, ਇਹ ਪ੍ਰੋਗਰਾਮ ਜੋ ਸਰਕਾਰ ਕੈਪਟਨ ਸਰਕਾਰ ਨੇ ਕਰਵਾਇਆ ਇਹ ਬਹੁਤ ਵਧੀਆ ਲੱਗਾ, ਪਬਲਿਕ ਵੀ ਬਹੁਤ ਹੈ, ਸਭ ਬੜੇ ਧਿਆਨ ਨਾਲ ਇਹਨਾਂ ਨੇ ਦੇਖਿਆ। ਦੇਖਣ ਤੋਂ ਬਾਅਦ ਹੁਣ ਦੁਬਾਰਾ ਇਹ ਸੋਚ ਲੱਗੂਗਾ ਉਹ ਵੀ ਦੇਖਣਗੇ ਜਾਂਦਾ। ਸਾਨੂੰ ਇਹ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ, ਬੜੀ ਮਿਹਰਬਾਨੀ ਇਹਨਾਂ ਨੇ ਜੋ ਇਹ ਪਹਿਲਾਂ ਹੁਸ਼ਿਆਰਪੁਰ ਇਲਾਕੇ ਵਿੱਚ ਪਹਿਲਾਂ ਸੋਗ ਕਰਵਾਇਆ, ਅਤੇ ਪਹਿਲੇ ਤਾਂ ਅੱਜ ਤੱਕ ਕੋਈ ਹੋਇਆ ਨਹੀਂ ਸੋਗ। ਪ੍ਰੋਗਰਾਮ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਰ ਪੂਜਾ ਦੇ ਸੰਬੰਧ ਵਿੱਚ ਸੀਗਾ ਜੀ, ਜੋ ਪੰਜਾਬ ਸਰਕਾਰ ਵੱਲੋਂ ਕਰਵਾਇਆ ਗਿਆ। ਇਹਦੇ ਵਿੱਚ ਗੁਰੂ ਨਾਨਕ ਦੇਵ ਜੀ ਦਿੱਤੀ ਹੋਈ ਸਿੱਖਿਆਵਾਂ ਬਾਰੇ ਬਹੁਤ ਚੰਗੇ ਤਰੀਕੇ ਨਾਲ ਦਿਖਾਇਆ ਗਿਆ। ਆਮ ਸੰਗਤ ਸਾਰੇ ਇਲਾਕੇ ਤੋਂ ਇਕੱਠੀ ਹੋਈ ਸੀ, ਉਹਨਾਂ ਨੇ ਬਹੁਤ ਵਧੀਆ ਲੋਕਾਂ ਨੇ ਸੰਗਤਾਂ ਨੇ ਇਹ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਆਪਣਾ ਜੀਵਨ ਸਫਲਾ ਕਰਨਗੀਆਂ ਸੰਗਤਾਂ ਹੁਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ।